ਅਸਲਾਮ ਅਲੈਕਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਰਾਜ਼ੀ ਬਾਜ਼ੀ ਹੋ? ਸਾਰਾ ਜੱਗ ਡਾਲ ਦਿਓ ਬਾਈ, ਹਾਂਜੀ ਦੇਖੋ ਮਾਹੌਲ ਜ਼ਰਾ। ਹਾਂਜੀ ਸਰ ਜੀ, ਉਹ ਜਨਾਬ ਕੰਮ ਕਰਨ ਡੇ ਸਾਨੂੰ, ਫਿਰ ਵਿੱਚ ਵਿੱਚ ਰੋਕ ਲਈ ਤੀ ਵੀਡੀਓ ਇਸ ਕਰਕੇ, ਲੈ ਹੁਣ ਫਿਰ ਵੇਲਾ ਪਿੱਛੇ ਖਰਾਬ ਹੋਣ ਲੱਗ ਪਿਆ। ਕੰਮ ਕੀ ਤੁਹਾਡੇ ਦਿਲ 'ਚ ਐਵੇਂ ਹੁੰਦੇ ਆ? ਕੰਮ ਕਰਨੇ ਬਹੁਤ ਔਖੇ, ਗਰਮੀ ਦੇ ਵਿੱਚ ਕੀ ਹਾਲ ਆ ਦੱਸੋ, ਧੁੱਪੇ ਬੈਠੇ ਉੱਤੋਂ ਨੰਗਾ ਸਿਰ ਹੈਂ ਚਮਕਣ ਲਈ ਧੁੱਪ ਸਿਰ ਦੇ ਵਿੱਚ, ਸਿੱਧਾ ਸੂਏ ਟਿੰਨ 'ਚ ਵੱਜਦਾ ਆਉਣਗੇ, ਅਤੇ ਕੰਮ ਕਰਨੇ ਸੌਖੀ ਗੱਲ ਆ ਹੈਂ? ਉੱਥੇ ਬਸ ਆ ਜਾਂਦੇ ਪੈਸੇ ਘੱਲਦੇ ਨੇ ਹੈਂ, ਦੇਖਾਂ ਜ਼ਰਾ ਆ ਬਾਰ ਬਾਰ ਆਏ ਹਾਂ ਤਾਂ ਇੱਥੇ ਗਰਮੀ ਬਹੁਤ ਆ ਸ਼ਹਿਰੋਂ, ਬਾਰ ਬਾਰ ਕਿੰਨਾ ਹੀ ਬਾਰ ਬਾਰ ਸ਼ਹਿਰ ਹੋਣਾ ਕੋਈ 100-150 ਕਿਲੋਮੀਟਰ ਬਾਹਰ। ਭਾਈ ਸਾਹਿਬ ਜੀ ਆਹ ਵੇਖੋ, ਇੱਥੇ ਤਾਂ ਖੰਭੇ ਲੱਗੇ ਆ, ਉਸ ਕਿਤੇ ਵੀ ਖੰਭੇ ਨਹੀਂ ਨਜ਼ਰ ਲੱਗਦੇ ਬਿਜਲੀ ਵਾਲੇ। ਆਹ ਦੇਖੋ ਇੱਥੇ ਖੀਰ ਹੋਈ ਪਈ ਹੈ, ਬਸ ਹਾਲ ਕੀ ਕਰੇ ਬੰਦਾ, ਹੁਣ ਕੰਮ ਵੀ ਤਾਂ ਕਰਦੇ ਆ ਨਾ, ਅੱਲਾ ਖਿਆਲ ਸੁੱਖ ਰੱਖੇ, ਕੰਮ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਗਾ ਹੈ, ਕੰਮ ਤਾਂ ਫਿਰ ਕਰਨੇ ਪੈਂਦੇ ਆ, ਜੇ ਕੰਮ ਨਹੀਂ ਕਰਨਾ ਤਾਂ ਖਾਣਾ ਕਿੱਥੋਂ ਹੈ, ਨੋਟ ਕਿੱਥੋਂ ਛਾਪਣੇ ਆ, ਕੰਮ ਕਰੋ ਨੋਟ ਛਾਪੋ, ਲਿਆਦਾ ਕੰਮ ਕਰਿਆ ਕਰੋ, ਵਿਹਲੇ ਬਹਿ ਕੇ ਟਿਕਟੋਕ ਨਾ ਵੇਖਿਆ ਕਰੋ, ਆਪਣਾ ਮੋਬਾਈਲ ਨਾ ਵੇਖਿਆ ਕਰੋ, ਬੁਰੇ ਹਾਲ ਹੋਣ ਡੇ ਗਰਮੀ ਨਾਲ। ਹਾਏ ਆਹ ਦੇਖੋ ਜੀ, ਆਹ ਦੋਵੇਂ ਏ ਸੀ ਪੁੱਟ ਕੇ ਲਾਏ ਹੁਣ, ਇੱਕੋ ਲਾ ਤਾ ਹੈਗਾ ਯਾਰ, ਲੈ ਗਿਆ ਲਾਉਣ ਵਾਲਾ, ਇਹ ਵੀ ਅਲੱਗ ਕੀਤਾ ਹੁਣ ਲੱਗ ਜਾਣਾ ਪੁੱਟ ਲਿਆ, ਹੁਣ ਜੜਨਾ ਹੀ ਆ ਬਸ। ਉਹ ਸੁਣਾਓ ਸੰਗਿਓ, ਰਾਜੀ ਬਾਜੀ ਹੋ, ਠੀਕ ਠਾਕ ਹੋ? ਤੁਹਾਨੂੰ ਅੱਜ ਹਾਲ ਚਾਲ ਪੁੱਛਣ ਦਾ ਚੇਤਾ ਹੀ ਨਹੀਂ ਰਿਹਾ, ਆਪਣੀਆਂ ਗੱਲਾਂ 'ਚ ਲੰਘ ਗਿਆ ਕੰਮ, ਅਤੇ ਕੀ ਗੱਲ ਆ ਵੀਡੀਓ ਲਾਈਕ ਤਾਂ ਕਿਉਂ ਨਹੀਂ ਕਰਦੇ ਤੁਸੀਂ, ਲਾਈਕ ਕਰਿਆ ਕਰੋ ਅਤੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ, ਇੰਨੇ ਸਬਸਕ੍ਰਾਈਬਰ ਆ ਵੀਡੀਓ ਦੇ ਉੱਤੇ ਰਿਸਪੋਂਸ ਕਿਉਂ ਨਹੀਂ ਆ ਰਿਹਾ, ਕੀ ਰੌਲਾ ਕੀ ਹੈ ਦੱਸੋ ਮੈਨੂੰ, ਹੈਂ ਵੀਡੀਓ 'ਤੇ ਰਿਸਪੋਂਸ ਵੀ ਆਉਣਾ ਚਾਹੀਦਾ। ਅਤੇ ਬਾਕੀ ਗੱਲ ਇਹ ਆ ਵੀ ਲਵ ਯੂ ਹੋ ਗਿਆ, ਪਿਆਰ ਪਿਊਰ ਦਿੰਦੇ ਤੁਸੀਂ ਅੱਲਾ ਦੀ ਮਿਹਰਬਾਨੀ ਨਾਲ, ਅਗਰ ਪਸੰਦ ਕਰਦੇ ਹੀ ਤਾਂ ਸਾਡੀ ਵੀਡੀਓ 'ਤੇ ਸਾਨੂੰ ਕੋਈ ਪਿਆਰ ਲੱਭਦਾ, ਮਿਹਰਬਾਨੀ ਤੁਹਾਡਾ ਦੋਸਤਾਂ ਦਾ, ਹੈਂ ਠੀਕ ਆ ਫਿਰ ਹੁਣ ਨਾ ਮਿਲਦੇ ਹਾਂ ਤੁਹਾਨੂੰ ਫਿਰ, ਅੱਲਾ ਖਿਆਲ ਕਰੇ ਗਰਮੀ ਬਹੁਤ ਆ, ਆਪਣਾ ਫਿਰ ਮਿਲਦੇ ਹਾਂ। ਹਾਂਜੀ ਠੀਕ ਆ ਫਿਰ ਜਨਾਬ, ਬਹੁਤ ਮਿਹਰਬਾਨੀ, ਵੀਡੀਓ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ, ਅਤੇ ਦਿਲ ਖੋਲ੍ਹ ਕੇ ਪਿਆਰ ਦਿਆ ਕਰੋ, ਮਿਹਰਬਾਨੀ ਹੈ, ਵੀਡੀਓ ਵੇਖਿਆ ਕਰੋ, ਆਵਾਜ਼ ਕਰਿਆ ਕਰੋ, ਜਿਹੜੀ ਕੋਈ ਗਲਤੀ ਗੁਸਤਾਖੀ ਹੁੰਦੀ ਆ ਉਹ ਦੱਸਿਆ ਕਰੋ, ਕੀ ਇਹਦੇ 'ਚ ਗਲਤੀ ਰਹਿੰਦੀ ਹੈ, ਤੁਹਾਡੇ ਵਾਸਤੇ ਬਣਾਈ ਦੀ ਹੈ, ਤੁਹਾਡੇ ਵਾਸਤੇ ਅਪਲੋਡ ਕਰੀ ਦੀ ਹੈ, ਠੀਕ ਹੈ? ਅਤੇ ਲਿਹਾਜ਼ਾ ਧੁੱਪੇ ਬੈਠੇ ਆ, ਗਰਮੀ ਬਹੁਤ ਆ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਆਉਂਦੀ ਵੀਡੀਓ 'ਚ, ਤਾਂ ਦਿਲ ਖੋਲ੍ਹ ਕੇ ਪਿਆਰ ਦਿਆ ਕਰੋ, ਕੰਜੂਸੀ ਨਾ ਕਰਿਆ ਕਰੋ, ਠੀਕ ਆ, ਵੀਡੀਓ ਵੇਖਿਆ ਕਰੋ ਅਤੇ ਦੋਸਤਾਂ ਅੱਗੇ ਸ਼ੇਅਰ ਕਰਿਆ ਕਰੋ, ਲਵ ਯੂ ਹੋ ਗਿਆ ਆਲ ਫਰੈਂਡ, ਲਵ ਯੂ ਹੋ ਗਿਆ, ਬਹੁਤ ਮਿਹਰਬਾਨੀ, ਓਕੇ ਅੱਲਾ ਹਾਫਿਜ਼, ਫਿਰ ਸਹੀ ਇਨਸ਼ਾਅੱਲਾ ਜ਼ਿੰਦਗੀ ਰਹੀ ਅਤੇ ਦੁਆਵਾਂ 'ਚ ਯਾਦ ਰੱਖਿਓ, ਓਕੇ ਅੱਲਾ ਹਾਫਿਜ਼, ਬਹੁਤ ਮਿਹਰਬਾਨੀ ਜੀ।